ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। 300 ਗ੍ਰਾਮ ਅਫੀਮ ਸਮੇਤ 1 ਗ੍ਰਿਫਤਾਰ ਅਤੇ 2 ਫਰਾਰ। ਨਸ਼ਿਆਂ ਦੇ ਪੂਰਨ ਤੌਰ 'ਤੇ ਸਫਾਈ ਲਈ SSP ਕੁਲਦੀਪ ਸਿੰਘ ਚਾਹਲ ਵੱਲੋਂ ਚੁੱਕੇ ਗਏ ਵਿਸ਼ੇਸ਼ ਕਦਮਾਂ ਤਹਿਤ ਨਾਰਕੋਟੈਕ ਸੈੱਲ ਦੀ ਟੀਮ ਵੱਲੋਂ ਰਾਜੋਕੀ ਦੀ ਡਰੈਨ 'ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਦੌਰਾਨ ਕਾਰ ਸਵਾਰਾਂ ਪਾਸੋਂ 300 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਦਰਜ ਪਰਚੇ ਮੁਤਾਬਕ ਸਵਿਫਟ ਕਾਰ ਨੰਬਰ PB02CQ0280 ਵਿੱਚ ਬਗੀਚਾ ਸਿੰਘ ਵਾਸੀ ਪਿੰਡ ਰਾਜੋਕੇ ਆਪਣੇ ਲੜਕਿਆਂ ਗੁਰਜੀਤ ਸਿੰਘ ਅਤੇ ਗੁਰਜੰਟ ਸਿੰਘ ਸਮੇਤ ਆ ਰਹੇ ਸਨ। ਸ਼ੱਕ ਪੈਣ 'ਤੇ ਜਦੋਂ ਗੱਡੀ ਦੀ ਤਲਾਸ਼ੀ ਕੀਤੀ ਗਈ ਤਾਂ ਲਿਫਾਫੇ ਵਿੱਚ 5 ਅਫੀਮ ਬਰਾਮਦ ਹੋਈ, ਜਿਸਦਾ ਤੋਲ 300 ਗ੍ਰਾਮ ਸੀ, ਜਦਕਿ ਬਗੀਚਾ ਸਿੰਘ ਦੇ ਦੋਵੇਂ ਲੜਕੇ ਫਰਾਰ ਹੋ ਗਏ ਹਨ, ਜਿਸ 'ਤੇ ਪੁਲਿਸ ਨੇ ਤਿੰਨਾਂ ਪਿਓ ਪੁੱਤਰਾਂ ਵਿਰੁੱਧ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ, ਜਿਹੜਾ ਇੱਕ ਵਿਅਕਤੀ ਅੱਜ ਫੜਿਆ ਗਿਆ ਜੀ ਨਾਰਕੋਟ ਸੈੱਲ ਵੱਲੋਂ ਟੀਮ ਵੱਲੋਂ, ਅਤੇ ਉਸ ਕੋਲ ਕੀ ਬਰਾਮਦ ਹੋਇਆ ਜੀ? 300 ਗ੍ਰਾਮ ਫੀਮ ਬਰਾਮਦ ਹੋਈ। ਅਤੇ ਕੋਈ ਪੁਸ਼ਟੀ ਹੋਈ ਜੀ ਉਤੋਂ ਹੋਰ ਪੁੱਛਗਿੱਛ ਦੇ ਦੌਰਾਨ? ਇਹਦੇ 2 ਬੇਟੇ ਭੱਜ ਗਏ ਜੀ ਮੌਕੇ ਤੋਂ, ਉਹਨਾਂ ਨੂੰ ਗ੍ਰਿਫਤਾਰ ਹੋਣ ਦੇ ਅੱਗੇ ਤਫਤੀਸ਼ ਚੱਲੂਗੀ। ਕੀ ਨਾਂ ਜੀ ਇਹਦਾ? ਜੀ ਕੋਈ 300 ਗ੍ਰਾਮ ਫੀਮ ਪਾਈ ਗਈ ਜੀ। ਬਗੀਚਾ ਸਿੰਘ, ਸਾਨੂੰ ਗੁਰਬਚਨ ਸਿੰਘ ਵਾਸੀ ਰਾਜੋਕੇ। ਅਤੇ ਕਿਹੜੀ ਧਾਰਾ ਲਾ ਕੇ ਸਰ ਜੀ ਇਹਦੇ ਕੇਸ? ਕੀ ਇਹਦੇ 'ਚ ਲਾਈ ਜੀ 18, 25, 38, 85 ਇੰਡੀ ਕੇਸ। ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਗਲੇ ਮੁੰਡਿਆਂ ਨੂੰ ਗ੍ਰਿਫਤਾਰ ਕਰਕੇ ਗਾਂ ਪੁੱਛਗਿੱਛ ਕੀਤੀ ਜਾਊਗੀ, ਕਿੱਥੋਂ ਸਮਾਨ ਲਿਆਉਂਦੇ ਆ, ਕਿਹਨੂੰ ਗਾਂ ਵੇਚਦੇ ਆ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।